ਨਟਵਰ ਲਾਲ ਪੇਸ਼ ਕਰਦਾ ਹਾਂ ਯੂਫੋ ਨਿਊਜ਼ ਤੋਂ ਪੰਜਾਬੀ ਖਬਰਾਂ। ਹੁਸ਼ਿਆਰਪੁਰ ਵਿਖੇ ਰੋਸ਼ਨ ਗਰਾਉਂਡ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਂਸਰ ਹਸਪਤਾਲ ਸਮੇਤ 7 ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਦਿਆਂ ਐਲਾਨ ਕੀਤਾ ਕਿ ਕੰਢੀ ਖੇਤਰ ਦੇ ਵਿਕਾਸ ਨੂੰ ਨਵੀਆਂ ਸਿਖਰਾਂ 'ਤੇ ਲਿਜਾਇਆ ਜਾਵੇਗਾ। ਕੁੱਲ 150.85 ਕਰੋੜ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਵਿੱਚ ਕੈਂਸਰ ਹਸਪਤਾਲ, ਜਲੰਧਰ ਕੈਂਟ, ਹੁਸ਼ਿਆਰਪੁਰ ਲਾਈਨ 'ਤੇ ਰੇਲਵੇ ਓਵਰਬ੍ਰਿਜ, ਸਰਕਾਰੀ ਕਾਲਜ ਵਿੱਚ ਲੜਕੀਆਂ ਲਈ ਹੋਸਟਲ, ਨਵੀਂ ਲਾਇਬ੍ਰੇਰੀ, ਕਮਿਊਨਿਟੀ ਸੈਂਟਰ, ਫੂਡ ਸਟਰੀਟ ਅਤੇ ਖੇਡ ਸਟੇਡੀਅਮ ਵਿੱਚ ਮਲਟੀਪਰਪਜ਼ ਇਨਡੋਰ ਹਾਲ ਦੀ ਸਥਾਪਤੀ ਸ਼ਾਮਿਲ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸ਼ਾਮ 84 ਨੂੰ ਸਬ ਤਹਿਸੀਲ ਬਣਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਢੋਲਵਾਹਾ ਵਿਖੇ ਸਰਕਾਰੀ ਕਾਲਜ ਬਣਾਉਣ ਲਈ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਅਤੇ ਇਸ ਸੰਬੰਧੀ ਟੈਂਡਰ ਵੀ ਪ੍ਰਾਪਤ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ 2 ਹੋਰ ਸਰਕਾਰੀ ਕਾਲਜ ਚੱਬੇਹਾਲ ਅਤੇ ਦਸੂਆ ਵਿੱਚ ਬਣਾਏ ਜਾਣਗੇ। ਉਹਨਾਂ ਕਿਹਾ ਕਿ ਖੇਤਰ ਦੀਆਂ ਕਈ ਮੰਗਾਂ ਹਨ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠਕੁਰਾਲ, ਵਿਧਾਇਕ ਸੰਗਤ ਸਿੰਘ ਗਿਲਜੀਆ, ਵਿਧਾਇਕ ਪਵਨ ਕੁਮਾਰ ਆਦੀਆ ਅਤੇ ਡਾਕਟਰ ਰਾਜ ਚੱਬੇਵਾਲ, ਅਰੁਣ ਡੋਗਰਾ, ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ, ਸਾਬਕਾ MP ਵਰਿੰਦਰ ਸਿੰਘ ਬਾਜਵਾ, ਸਾਬਕਾ ਲਵ ਕੁਮਾਰ ਗੋਲਡੀ ਤੋਂ ਇਲਾਵਾ ਮੁੱਖ ਮੰਤਰੀ, ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕਿਰਪਾਲ ਸਿੰਘ, ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ, SSP ਜੇਲ੍ਹ ਐਲਨ ਚੇਲੀਅਨ, ਬਾਰ ਐਸੋਸੀਏਸ਼ਨ ਦੇ ਪ੍ਰਧਾਨ PS ਘੁੰਮਣ, ਡਾਕਟਰ ਕੁਲਦੀਪ ਨੰਦਾ ਆਦਿ ਹਾਜ਼ਰ ਸਨ। ਮਿਹਨਤੀ, ਇਮਾਨਦਾਰ ਸ਼ਖਸੀਅਤ, ਪਟਿਆਲੇ ਦੇ ਰਾਜ ਘਰਾਣੇ ਤੋਂ ਮਹਾਰਾਜਾ ਪਟਿਆਲਾ ਕੈਪਟਨ ਅਮਰਿੰਦਰ ਸਿੰਘ ਜੀ, ਮੁੱਖ ਮੰਤਰੀ ਪੰਜਾਬ, ਤੁਹਾਡੇ ਇਸ ਇਲਾਕੇ ਦੀ ਦਰਦ ਨੂੰ ਹਮੇਸ਼ਾ ਜ਼ੋਰਦਾਰ ਤਰੀਕੇ ਦੇ ਨਾਲ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਔਰ ਇਸ ਇਲਾਕੇ ਦੀ ਤਰੱਕੀ ਨੂੰ ਲੈ ਕੇ ਸੂਬੇ ਦੇ ਸਰਕਾਰ ਦੇ ਹਰ ਵਜ਼ੀਰ ਦੇ ਬਿਆਨ ਜਿਹੜੇ ਮੇਰੀ ਮੁਰਾਦ ਸਾਡੇ ਕੈਬਨਿਟ ਦੇ ਸਾਥੀ ਮਹਾਰਾਜਾ ਸਾਹਿਬ ਦੀ ਵਜ਼ਾਰਤ ਦੇ ਵਜ਼ੀਰ ਕੈਪਟਨ ਅਮਰਿੰਦਰ ਸਿੰਘ ਜੀ ਦੇ ਵਿਸ਼ਵਾਸ ਪਾਤਰ ਸੁੰਦਰ ਕੌਰ ਅਰੋੜਾ ਸਾਹਿਬ, ਸਾਡੇ ਰਿਕਾਰਡ ਟਾਈਮ ਦੇ ਵਿੱਚ ਇਹ ਕੰਮ ਮੁਕੰਮਲ ਹੋਊਗਾ ਔਰ ਸਾਡੇ ਇਸ ਇਲਾਕੇ ਦੇ ਲੋਕਾਂ ਦੀਆਂ ਜੋ ਲੰਬੇ ਸਮੇਂ ਤੋਂ ਮੰਗਾਂ ਸੀਗੀਆਂ ਉਹ ਪੂਰੀਆਂ ਹੋਣਗੀਆਂ। ਹੁਸ਼ਿਆਰਪੁਰ ਦੇ ਵਿੱਚ ਕੈਂਸਰ ਹੋਸਪਿਟਲ ਦੀ ਪ੍ਰਵਾਨਗੀ ਦਿੱਤੀ ਹੈ। 42 ਕਰੋੜ ਰੁਪਏ ਦੇ ਨਾਲ ਬਣਨ ਵਾਲੀ ਕੈਂਸਰ ਦਾ ਹੋਸਪਿਟਲ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਹੁਸ਼ਿਆਰਪੁਰ ਦੇ ਲੋਕਾਂ ਨੂੰ ਪ੍ਰਵਾਨਗੀ ਦਿੱਤੀ ਹੈ। ਵੱਡੀ ਗਿਣਤੀ ਵਿੱਚ 3,000 ਭੈਣਾਂ ਬੈਠੀਆਂ ਨੇ ਮਹਾਰਾਜ ਸਾਹਿਬ, ਤੁਸੀਂ 50% ਦੀ ਜਿਹੜੀ ਇਹ ਕੀਤੀ ਨਾ ਭੈਣਾਂ ਵਾਸਤੇ, ਅੱਜ ਵੱਡੀ ਗਿਣਤੀ ਭੈਣਾਂ ਦੀ ਹੈ ਉਹਦੇ ਲਈ ਇੱਕ ਸਾਹਮਣੇ ਮਿਸਾਲ ਕਾਇਮ ਕੀਤੀ। ਅਖੀਰ ਦੇ ਵਿੱਚ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿ ਮੇਰੇ ਕੋਲ ਸ਼ਬਦ ਨੇ, ਕਿਹੜਾ ਸ਼ਬਦਾਂ ਦੇ ਨਾਲ ਮੇਰੇ MLA ਸਾਥੀ ਇੱਥੇ ਬੈਠੇ ਨੇ। ਸਭ ਤੋਂ ਪਹਿਲਾਂ ਪ੍ਰੋਜੈਕਟ ਰੇਲਵੇ ਓਵਰ ਬ੍ਰਿਜ ਹੁਸ਼ਿਆਰਪੁਰ ਦਾ ਨੀਂਹ ਪੱਥਰ ਰੱਖਣਾ ਹੈ
ਇਸ ਦੇ ਨਾਲ ਯਕੀਨਨ ਜੋ ਲੋਕਾਂ ਨੂੰ ਰਸਤੇ ਦੇ ਵਿੱਚ ਆਉਣ ਜਾਣ ਦੀਆਂ ਦਿੱਕਤਾਂ ਸਨ, ਸਾਡੇ ਕੈਂਸਰ ਹਸਪੀਟਲ ਦਾ ਨੀਂਹ ਪੱਥਰ ਜੋ ਇਸ ਇਲਾਕੇ ਹੈਲਥ ਅਤੇ ਇਸ ਦੇ ਨਾਲ ਵਿਦਿਆ ਦਾ ਜੋ ਪ੍ਰਸਾਰ ਹੈ ਉਸਦੇ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਉਸਦੇ ਲਈ ਵਿਸ਼ੇਸ਼ ਬਜਟ ਵੀ ਰੱਖਿਆ ਗਿਆ ਹੈ। ਮਹਾਸ਼ਿਵਰਾਤਰੀ ਦਾ ਸ਼ੁਭ ਦਿਨ ਹੈ ਔਰ ਮੈਂ ਆਪ ਸਾਰਿਆਂ ਨੂੰ ਵਧਾਈ ਦਿੰਦਾ। ਆਪਣੇ ਪਰਿਵਾਰ ਸੁਖੀ ਹੈ, ਤੁਸੀਂ ਸਾਰੇ ਸੁਖੀ ਰਹੋ ਅਤੇ ਅੱਜ ਇਹ ਜਿਹੜੇ ਐਲਾਨ ਅਤੇ ਗੱਲਾਂ ਕੀਤੀਆਂ ਗਈਆਂ ਨੇ ਇਹ ਕੋਈ ਜੈਸੇ ਅਰੋੜਾ ਸਾਹਿਬ ਨੇ ਕਿਹਾ ਕਿ ਮੈਂ ਆ ਕੇ ਕੋਈ ਸਪੈਸ਼ਲ ਗੱਲ ਕੋਈ ਕੀਤੀ ਹੈ, ਇਹ ਸਾਡਾ ਫਰਜ਼ ਬਣਦਾ ਕਿਉਂਕਿ ਅੱਜ ਮਹਾਸ਼ਿਵਰਾਤਰੀ ਦਾ ਸ਼ੁਭ ਦਿਨ ਹੈ ਔਰ ਮੈਂ ਆਪ ਸਾਰਿਆਂ ਨੂੰ ਵਧਾਈ ਦਿੰਦਾ। ਆਪਣੇ ਪਰਿਵਾਰ ਸੁਖੀ ਹੈ, ਤੁਸੀਂ ਸਾਰੇ ਸੁਖੀ ਰਹੋ ਅਤੇ ਅੱਜ ਇਹ ਜਿਹੜੇ ਐਲਾਨ ਅਤੇ ਗੱਲਾਂ ਕੀਤੀਆਂ ਗਈਆਂ ਨੇ ਇਹ ਕੋਈ ਜੈਸੇ ਅਰੋੜਾ ਸਾਹਿਬ ਨੇ ਕਿਹਾ ਕਿ ਮੈਂ ਆ ਕੇ ਕੋਈ ਸਪੈਸ਼ਲ ਗੱਲ ਕੋਈ ਕੀਤੀ ਹੈ, ਇਹ ਸਾਡਾ ਫਰਜ਼ ਬਣਦਾ। ਕਾਲਜ ਚੱਲੇਵਾਲ ਅਤੇ ਦਸੂਹੇ 30 ਕਰੋੜ ਦਾ ਪ੍ਰੋਜੈਕਟ ਅਸੀਂ ਬਜਟ ਪਾਸ ਕੀਤਾ ਹੋਇਆ, ਇਹ ਵੀ ਤੁਹਾਡੇ ਵੱਲ ਜਾਣਗੇ। ਸੋ ਇੱਥੇ ਤਾਂ ਦੁਨੀਆ ਜਿੰਨੀ ਐਜੂਕੇਸ਼ਨ ਵੱਧਦੀ ਹੈ, ਮੰਗ ਲੋਕਾਂ ਨੂੰ ਜਿਹੜੀ ਕਿਸਮ ਦੀ ਵੀ ਉਹਨਾਂ ਨੂੰ ਲੋੜ ਹੈ ਇੰਡਸਟਰੀ ਨੂੰ, ਉਹ ਬਹੁਤ ਅੱਗੇ ਵਧੀ ਹੋਈ ਹੈ। ਮਤਲਬ ਰਿਸਰਚ ਔਰ ਰਿਸਰਚ ਸਾਡੇ ਕਾਲਜਾਂ ਨੂੰ ਦਿਓ ਤਾਂ ਕਿ ਅਸੀਂ ਵੀ ਜਿਸ ਤਰੀਕੇ ਨਾਲ ਦੁਨੀਆ ਅੱਗੇ ਵੱਧ ਰਹੀ ਹੈ ਸਾਡੇ ਬੱਚੇ ਵੀ ਉੱਥੇ ਜੋ ਉਸੇ ਤਰੀਕੇ ਨਾਲ ਅੱਗੇ ਵਧਣ। ਇੱਕ ਸਪੈਸ਼ਲ ਟਾਸਕ ਫੋਰਸ ਬਣਾਈ ਹੈ ਇਹ ਨਸ਼ਿਆਂ ਨੂੰ ਦੇਖਣ ਵਾਸਤੇ, ਪਰ ਇਹ ਪਤਾ ਲੱਗਦਾ ਕਿ ਇੱਕ ਰੋਲ ਫਰਸਟ੍ਰੇਸ਼ਨ ਹੋਰ ਕੋਈ ਕਾਰਨ ਨਹੀਂ, ਕੋਈ ਨਹੀਂ ਉਲਝਣਾ ਚਾਹੁੰਦਾ, ਲੇਕਿਨ ਫਰਸਟ੍ਰੇਸ਼ਨ ਦੇ ਨਾਲ ਦੇਖੋ ਇਹ ਜ਼ਰੂਰੀ ਹੈ ਉਸ ਕਰਕੇ ਕਿ ਅਸੀਂ ਬੱਚਿਆਂ ਨੂੰ ਇੰਗੇਜ ਕਰੀਏ ਹੋਰ ਤਰੀਕੇ ਨਾਲ। ਵਨ ਇੱਕ ਜਿਹੜਾ ਤਰੀਕਾ ਹੈ ਉਹ ਹੈ ਸਪੋਰਟਸ ਦਾ। ਲਾਅ ਇਜ਼ ਅ ਵੈਰੀ ਇੰਪੋਰਟੈਂਟ ਥਿੰਗ ਸਾਡੇ ਸਾਰਿਆਂ ਵਾਸਤੇ। ਮੇਰਾ ਖਿਆਲ ਬੜੇ ਘੱਟ ਲੋਕ ਨੇ ਜਿਹੜੇ ਇਹਨਾਂ ਦੇ ਨਾਲ ਕਿਤੇ ਕੋਰਟ ਕੋਰਟ 'ਚ ਕਿਤੇ ਨਹੀਂ ਪਹੁੰਚੇ ਹੋਏ ਔਰ ਇਹਨਾਂ ਦੀ ਲੋੜ ਹੈ ਸਾਨੂੰ। ਐਂਡ ਮੈਂ ਜਦੋਂ ਪਟਿਆਲਾ ਸੀ ਆਈ ਸ਼ੁਡ ਸੀ ਦੈਟ ਕੋਰਟਸ ਕੋਰਟਸ ਦੀ ਬਿਲਡਿੰਗ ਸ਼ਾਨਦਾਰ ਬਣ ਗਈ। ਥੋੜ੍ਹਾ ਜੀ ਉਹਨਾਂ ਦੇ ਨਾਲ ਇਸ਼ਾ ਪਾਂਡਿਆ ਜੀ ਜੋ ਬਹੁਤ ਹੀ ਮਿਹਨਤੀ ਹੋਣਹਾਰ ਡਿਪਟੀ ਕਮਿਸ਼ਨਰ ਹਨ, ਜਿਹਨਾਂ ਦੀ ਦੇਖ ਰੇਖ ਹੇਠ ਅੱਜ ਦਾ ਇਹ ਪ੍ਰੋਗਰਾਮ ਕਾਮਯਾਬੀ ਤੱਕ ਪਹੁੰਚਿਆ ਹੈ। ਅਸੀਂ ਕਮੇਟੀ ਵਿੱਚ ਖੜੇ ਰਹਿਣਾ ਹੈ, ਚੁਣੌਤੀਆਂ ਨੂੰ ਮਾਤ ਦੇਣ ਵਾਲੇ ਉਹਦੇ ਆਲਾ ਆਖਿਰ ਨਹੀਂ ਹੈ। ਇਹਨਾਂ ਨੇ 2017 ਦੇ ਵਿੱਚ ਪੰਜਾਬ ਦੀ ਬਾਤ ਦਾ ਸੁਣਾਈ ਅਤੇ ਕਾਂਗਰਸ ਨੂੰ ਵੀ ਇੱਕ ਨਈ ਰੂਪ ਸ਼ੁਭ ਨਾਮੇ ਜਾ